ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੈਂ ਦੇਵ ਸਾਹਿਬ ਮਿਲ ਕਰਾਂ ਤੁਹਾਡੇ ਟਿਕਟ ਕੋ ਹੋ ਗਏ ਸਵੇਰ ਦੇ 6:30 ਵਜੇ ਦਾ ਟਾਈਮ ਜੇ ਤੇ ਸਾਰੇ ਜਣ ਤਿਆਰੀ ਕਰਨ ਦੇ ਨੇ ਹੁਣ ਜਿਹੜਾ ਸਾਈਕਲ ਟੂਰ ਜਿਸੇ ਨਿਕਲਣ ਲੱਗੇ ਆ ਅੱਜ ਸਾਡਾ ਸਾਈਕਲ ਟੂਰ ਜੇ ਸਟਾਰਟ ਹੋ ਜਾਏਗਾ ਭਾਈ ਜਮੋ ਤੁਰੀ ਚਾਹ ਦਾ ਬੰਦੋਬਸਤ ਕਰ ਰਹੇ ਨੇ ਚਾਹ ਪੀ ਕੇ ਤੇ ਫਿਰ ਨਿਕਲਾਂਗੇ ਟੂਰ ਚ ਇੱਧਰ ਜਾ ਜਾ ਹੋਰੀ ਕਪੜੇ ਛਪੜੇ ਪਾਣ ਦੇ ਨੇ ਆਪਣੇ ਬੈਗ ਤੇ ਹੁਣ ਜਰਨਾ ਸਾਰੀ ਤਿਆਰੀ ਛੜੀ ਕਰਕੇ ਚਾਹ ਚਾ ਪੀ ਕੇ ਤੇ ਫਿਰ ਨਿਕਲਣੇ ਟੂਰ ਚ ਨਾਸ਼ਤਾ ਜਰਨਾ ਸਾਡਾ ਅਸੀਂ ਇਨਸ਼ਾਅੱਲਾ ਰਾਤ ਕਰਾਂਗੇ ਜਰਨਾ ਸਾਰੇ ਜਣ ਤਿਆਰੀ ਕਰਨ ਦੇ ਨੇ ਟੂਰ ਜਾਣ ਵਾਸਤੇ ਉਤੋਂ 8 ਵਜ ਗਏ ਤੇ ਅਜੇ ਤੱਕ ਇਹਨਾਂ ਦੀ ਤਿਆਰੀ ਨਹੀਂ ਹੋਈ ਅੱਧੇ ਜਣੇ ਤਿਆਰ ਹੋ ਕੇ ਜਿਹੜਾ ਬੈਚ ਲਾਣ ਦੇ ਅੱਧੇ ਜਣੇ ਲੱਗੇ ਨੇ ਨਾਲ ਨਾਲ ਹੀ ਤੇ ਹਈ ਹੋਣ ਜਾਣਾ ਮੈਨੂੰ ਇੱਕ ਅਪਡੇਟ ਦਾ ਪਤਾ ਲੱਗਾ ਆਈਫੋਨ 'ਚ ਤੇ ਮੈਂ ਕਿਹਾ ਜਿਹਨੂੰ ਜਿਹਨੂੰ ਨਹੀਂ ਨਾ ਪਤਾ ਤੁਹਾਡੇ 'ਚੋਂ ਉਹਨਾਂ ਨੂੰ ਮੈਂ ਦੱਸਦਾ ਤਾਂ ਕਿ ਚਲੋ ਤੁਹਾਡੇ ਕਿਸੇ ਕੰਮ ਆ ਸਕੇ ਅਪਡੇਟ ਆਈਫੋਨ 'ਚ ਇਹ ਵਾਲੀ ਹੈ ਜਿਵੇਂ ਮਿਸਾਲ ਤੌਰ 'ਚ ਇਹ ਵੇਖੋ ਤੁਸੀਂ ਇਹ ਮੇਰੀ ਫੋਟੋ ਹੈ ਨਾ ਇਹ ਬੈਕਗਰਾਊਂਡ ਗੈਪ ਕਰਨਾ ਹੋਏ ਤਾਂ ਕਿਵੇਂ ਕਰਾਂ ਮਤਲਬ ਬੜਾ ਹਰ ਇੱਕ ਦੀ ਸਿਰ ਪੇਰ ਹੁੰਦੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਮੇਰੇ ਵੀ ਸਿਰ ਪੀਰ ਹੈ ਜੀ ਤੁਹਾਨੂੰ ਮੈਂ ਤਾਂ ਦੱਸਣ ਲੱਗਾ ਨਾ ਚਲੋ ਅੱਗੂ ਕੋਈ ਸੀ ਜਿਹਦੇ ਕੋਲ ਆਈਫੋਨ ਹੈ ਵੇ ਉਹਨੂੰ ਆਹ ਮੁਸੀਬਤ ਨਾ ਪਏ ਆ ਵੇਖੋ ਜਿਵੇਂ ਆਹ ਫੋਟੋ ਹੈ ਨਾ ਨਵੀਂ ਅਪਡੇਟ ਆਈ ਅਪਡੇਟ ਕਰਨਾ ਫੋਨ ਪਹਿਲਾਂ ਤੇ ਉਹਦੇ ਬਾਅਦ ਵੇਖੋ ਅਤੇ ਇੱਕ ਵਾਰੀ ਪੋਟਾ ਮਾਰਿਆ ਸ਼ੇਅਰ ਹੁਣ ਤੁਹਾਨੂੰ ਵਹਾਨਾ ਮਦਰਾ ਇਹ ਚੈੱਕ ਕਰੋ ਸਾਰਾ ਬੈਕਗਰਾਊਂਡ ਜਿਹੜਾ ਪਿੱਛੋਂ ਗੈਪ ਹੋ ਗਿਆ ਬਸ ਟਾਇਰਾਂ ਦੇ ਵਿੱਚ ਜਿਹੜਾ ਥੋੜ੍ਹਾ ਬਹੁਤ ਪੱਥਰ ਇੱਟਾਂ ਲੱਗਦੀਆਂ ਪਈਆਂ ਉਹੀ ਨੇ ਬਾਕੀ ਸਾਰਾ ਬੈਕਗਰਾਊਂਡ ਚੇਂਜ ਹੋ ਗਿਆ ਇੱਕ ਸਕਿੰਟ ਤੋਂ ਪਹਿਲਾਂ ਬਸ ਉੱਤੇ ਪੋਟਾ ਮਾਰਿਆ ਸ਼ੇਅਰ ਤੇ ਫੇਸ ਸੇਫ ਇਮੇਜ ਬਸ ਮੈਨੂੰ ਜਦੋਂ ਪਤਾ ਲੱਗਦਾ ਕਿ ਆ ਮੈਂ ਨਾਲ ਹੀ ਆ ਕੇ ਵੀਡੀਓ ਬਣਾਉਂਦੇ ਹਾਂ ਤੁਹਾਨੂੰ ਵੀ ਨਾਲ ਪਤਾ ਲੱਗ ਜਾਏਗਾ ਜਿਵੇਂ ਨਹੀਂ ਪਤਾ ਜਿਹਦੇ ਕੋਈ ਆਈਫੋਨ ਚਲੋ ਕੁਛ ਤਾਂ ਫਾਇਦੇ ਲਓ ਬਾਬਾ ਆਈਫੋਨ ਦੇ ਚਸਕੇ ਦੇ ਲਓ ਚਾਹੇ ਆ ਗਈ ਸੁਬਾ ਸੁਬਾ ਭਾਈਆ ਨਾਲ ਜਾ ਰਸ ਤੇ ਬ੍ਰੈਡ ਤੇ ਜੈਮ ਹੈ ਕੈਚਪ ਨਹੀਂ ਯਾਰ ਵੀਡੀਓ ਬਾਅਦ ਚ ਆਣਾ ਵੀਡੀਓ ਬਾਅਦ ਚ ਆਣਾ ਇੱਕ ਵਾਰ ਜੈਮ ਸਹੀ ਲਗਾਉਣੇ ਦਾ ਤਰੀਕਾ ਜੋ ਹੈ ਭਈਏ ਹਲਾ ਪੇਜ ਟੂਰ ਜਦ ਨਿਕਲਾ ਨਹੀਂ ਲੱਗੇ ਸਾਂ ਤੇ ਭਾਈ ਸਮਝੀ ਸਾਈਕਲ ਨੂੰ ਮਸਲਾ ਬਣ ਗਿਆ ਭਾਈ ਸਮਝ ਤੁਹਾਡਾ ਸਾਈਕਲ ਠੀਕ ਹੋ ਗਿਆ ਤੇ ਹੁਣ ਜਰਾ ਹਵਾ ਸ਼ਵਾ ਚੈੱਕ ਕਰਨ ਦੇ ਰਹੇ ਹਵਾ ਸ਼ਵਾ ਭਰਨ ਦੇ ਨੇ ਅਸੀਂ ਆਪਣੇ ਰਾਹ ਨੂੰ ਕੱਢੀਏ ਤੇ ਚੱਲੀਏ ਫਿਰ ਜੇ ਵਾਹ ਪੜਨੀ ਥੋੜੀ ਜਿਹੀ ਪਿਛਲੇ ਟਾਇਰ 'ਤੇ ਫਿਰ ਚੱਲੀਏ ਨਿਕਲੀਏ ਟੂਰ 'ਚ ਯਾਰ ਲੇਟ ਬੜੀ ਹੋ ਗਈ ਚੱਲ ਨਿਰਾ ਨੂੰ ਨਿਊ ਰੇਸਾਂ ਤੇਰੀਆਂ ਪੂੜੀ ਜਵਾਹ ਪੜੀ ਆਉਂਦੇ ਆਉਂਦੇ ਬਾਕੀ ਗੱਲਾਂ ਛੱਡ ਜੁੱਤੀ ਵਾਲਾ ਕਿਹੜਾ ਸਟਾਈਲ ਬਾਈ ਨਿਊ ਸਟਾਈਲ ਭਾਈ ਚੋਰੀ ਕਰਨ ਗਿਆ ਸੀ ਇੱਕ ਜੁੱਤੀ ਲੱਭੀ ਤੇ ਇੱਕ ਬੂਟ ਚੁੱਕ ਆਇਆ ਭਾਈ ਆ ਮੇਰੇ ਬੈਗ ਦੇ ਨਾਲ ਇੱਕ ਚੀਜ਼ ਵਾਧੂ ਵੀ ਆ ਗਿਆ ਚੈੱਕ ਕਰੋ ਲੈ ਕੇ ਕਿਸਨੇ ਦਿਆ ਥਾ ਭਾਈ ਜ਼ਮਤ ਨਹੀਂ 9:24 ਹੋ ਗਏ ਜੇ ਤੇ ਹਜੇ ਵੀ ਕਲੋ ਗੱਲਾਂ ਕਰੀ ਹੋਣ ਦੇ ਨੇ ਆਪਣੇ ਆਰਾਮ ਨਾਲ ਮਸਤੀ ਕਰ ਰਹੇ ਨੇ ਚੱਲ ਤੁਰ ਪਾ ਯਾਰ ਲੇਟ ਅੱਗੇ ਵਾਰੀ ਹੋ ਗਈ ਆਇਓ ਭਾਈ ਜ਼ਮਤ ਚਲੋ ਜੀ ਸਫ਼ਰ ਦਾ ਕਰੀਏ ਆਗਾਜ਼ ਬਿਸਮਿਲ੍ਲਾਹਿ ਰਹਿਮਾਨ ਰਹੀਮ ਸੁਭਾਨ ਅੱਲਾਹ ਜੀ ਸਖਾਰ ਅੱਲਾ ਨਾ ਹਾਜ਼ਾ ਵਾ ਮਕੁਨਾ ਲਾਹੁ ਮੁਕਰਨੇਨ ਵਾ ਇਨਨਾ ਇਲਾ ਰੱਬੀਨਾ ਲਾ ਮੁਨ ਕਲਿਗੂਨ ਸਫ਼ਰ ਦੀ ਦੁਆ ਪੜ ਲਈ ਤੇ ਹੁਣ ਨਿਕਲੇ ਛੇ ਤੇ ਭਾਜੀ ਕੋ ਪਰਾਂ ਕਰੋ ਕੀ ਰਾਮ ਮਿਲਿਆ ਜੇ ਉਹ ਇੱਕ ਬੰਦਾ ਘੱਟ ਨਹੀਂ ਉਹ ਅੱਗੇ ਆਮਜ਼ਾ ਮੈਂ ਆਖਾ ਬੰਦੇ ਤੇ ਛੇ ਨੇ ਸੱਚ ਸੁਦਾਗਰ ਤੇ ਫੌਜ ਜਾ ਰਹੇ ਨਵੇਂ ਬੰਦੇ ਨੇ ਇਸ ਵਾਸਤੇ ਮੈਂ ਇਹਨਾਂ ਦੇ ਪਿੱਛੇ ਪਿੱਛੇ ਜਾਣ ਡਿਆ ਮਨ ਤੁਸੀਂ ਸੁਦਾਗਰ ਤੁਰੀ ਚਲੋ ਤੁਰੀ ਚਲੋ ਸ਼ੁਕਰੀਆ ਇਨਸ਼ਾਅੱਲਾ ਇੱਕ ਬਲੌਗ ਵਜ਼ੀਰਾਬਾਦ ਇੱਥੇ ਪੜ ਗਏ ਆ ਤੇ ਮੈਂ ਜਿਹੜਾ ਤਾਂ ਸੁਦਾਗਰ ਹੋਣ ਮਗਰ ਆਇਆ ਉਹ ਮੱਠੀ ਮੱਠੀ ਆਏ ਨੇ ਤੇ ਬਾਕੀ ਇੱਥੇ ਵਜ਼ੀਰਾਬਾਦ ਆ ਕੇ ਇੱਕ ਬਾਹਰ ਮੰਜੀ ਬੈਠੀ ਇੱਥੇ ਬਹਿ ਗਏ ਨੇ ਸਾਰੇ ਦਿਨ ਸਾਹ ਲੈਣ ਡੇ ਨੇ ਸੱਚ ਮੋਟੂ ਦਾ ਹਾਲ ਬੁੜਾ ਹੈ ਯਾਰ ਮੇਰਾ ਕਹਿ ਲਓ ਤੂੰ ਖਾਣਾ ਖਾ ਲਈਏ ਕੀ ਗੱਲ ਲਈਏ ਖਾਣਾ ਨਾਸ਼ਤਾ ਕਰ ਲਈਏ ਨਾਸ਼ਤਾ ਤੇ ਤਾਂ ਸੁਦਾਗਰ ਦਾ 5 ਕਿਲੋ ਵਜ਼ਨ ਫੇਰ ਵੱਧ ਜਾਣਾ ਸੱਚ ਸੁਦਾਗਰ ਦਾ ਵੱਜ ਗਿਆ ਤਾਂ ਸਾਡਾ ਨਾ ਮੁੱਕ ਜੇ ਭਾਈਆ ਮੇਰੀ ਰਾਣੋ ਦੇ ਜਿਹੜਾ ਤੁਹਾਨੂੰ ਪਤਾ ਥੱਲੇ ਦੋ ਘਰਾੜੀਆਂ ਨਹੀਂ ਜਾਂਦੀਆਂ ਤੇ ਜ਼ੋਰ ਬੜਾ ਲੱਗਦਾ ਤੇ ਇਹਨਾਂ ਤੇ ਰਹਿਣਾ ਹੀ ਪਿੱਛੇ ਵੇ ਐਸਾ ਤਾਂ ਮੈਨੂੰ ਆਖਿਆ ਤੁਸੀਂ ਮੇਰੀ ਰਾਣੋ ਚਲਾਓ ਥੋੜ੍ਹੀ ਦੇਰ ਤੇ ਮੈਂ ਫੌਜੀ ਵਾਲੀ ਸਾਈਕਲ ਚਲਾਉਣਾ ਵਾਂ ਤੇ ਫਿਰ ਵੇਖਿਓ ਆਪਣੀਆਂ ਸਪੀਡਾਂ ਅੱਜਾ ਥੱਲੇ ਗਿਆ ਜਾਂਦਾ ਨਾ ਫੁੱਲ ਹਾਂ ਜਾਂਦੇ ਨੇ ਜਾਂਦੇ ਨੇ ਚਲ ਫਿਰ ਠੀਕ ਹੈ ਚਲ ਤੁਰੀ ਜਾ ਉੱਤੇ ਦੀ ਖੈਰ ਥੱਲੇ ਜਾਣਾ ਚਾਹੀਦਾ ਚਲ ਜਾਂਦੇ ਚਲੋ ਜੀ ਸਾਰੇ ਤੁਰ ਪਏ ਜੇ ਰਾਣੋ ਨੂੰ ਬਹੁਤ ਤੰਗ ਨਹੀਂ ਕਰਨਾ ਹੱਸਣਾ ਚੱਲ ਵਜੇ ਤੇ ਮੀਟਰ ਵੀ ਲੱਗਿਆ ਵੇਖਿਓ ਹੁਣ ਮੈਂ ਪਹੁੰਚਾਉਂਦਾ ਜਰਾ 80-90 ਸਪੀਡ 'ਚ ਹੁਣ ਅੱਗੇ ਇੱਕ ਹੋਟਲ ਹੈ ਵਜ਼ੀਰਾਬਾਦ ਲੰਘ ਕੇ ਉੱਥੇ ਜਾ ਕੇ ਫਿਰ ਨਾਸ ਕਰਨੇ ਆ ਆ ਜਾਂਦੀ ਹੈ ਨਾ ਸਹੀ ਸਾਈਕਲ ਨਾਸ ਦੀ
ਰਾਣ ਹੋ ਦੀਆਂ ਗਰਾਰੀਆਂ ਨਹੀਂ ਸਹੀ ਪਿੱਛੂ ਚੈਨ ਜਿਹੜਾ ਮੋਟਾ ਹੈ ਨਾ ਆਸ ਵਾਸਤੇ ਉਹ ਬਹੁਤ ਜ਼ੋਰ ਲੱਗਦਾ ਪਰ ਯਾਰ ਸਾਈਕਲ ਆ ਵੀ ਮਜ਼ੇਦਾਰ ਹੈ ਸਹੀ ਹੈ ਪਰ ਆ ਕਿ ਜਿਹੜਾ ਮਜ਼ਾ ਰਾਣ ਹੋ ਜਾਵੇ ਨਾ ਉਹਦੇ 'ਚ ਆ ਨਹੀਂ ਅਸੀਂ ਜਿਹੜਾ ਨਾ ਵਜ਼ੀਰਾਬਾਦ ਕ੍ਰਾਸ ਕਰਕੇ ਰੋਟੀ ਖਾਣੀ ਸੀ ਅਤੇ ਕੋਈ ਗੁਜਰਾਤ ਆ ਗਿਆ ਅਤੇ ਹਾਲੇ ਤੱਕ ਅਸੀਂ ਰੋਟੀ ਨਹੀਂ ਖਾਧੀ ਆਜੋ ਆਜੋ ਭਾਈ ਆਹ ਇੱਕ ਟਰੱਕਾਂ ਵਾਲਾ ਹੋਟਲ ਲੱਭਾ ਜੇ ਗੁਜਰਾਤ ਤੋਂ ਅੱਗੇ ਆ ਕੇ ਅਤੇ ਹੁਣ ਖਲੋ ਕੇ ਰੋਟੀ ਖਾਂਦੇ ਹਾਂ ਕਾਲ ਮਾਰ ਕੇ ਪੁੱਛੋ ਹੁਣ ਫੌਜੀ ਅਤੇ ਅਸਦ ਵੀ ਜਾਣਾ ਤਾਂ ਮੋਟੇ ਦੇ ਨਾਲ ਨਾਲ ਆਉਣ ਡਿਆ ਅਤੇ ਆਸ ਪਾਸ ਉਹ ਪਿੱਛੇ ਰਹਿ ਗਏ ਨੇ 42 ਕਿਲੋਮੀਟਰ ਹੋ ਗਿਆ ਚੱਲ ਦਲਾਵਰ ਰੇ ਲੱਭਣ ਨਹੀਂ ਡਿਆ ਰੇ ਰੋਕ ਗਏ ਹੋਣੇ ਨੇ ਭਾਵੇਂ ਕਿਤੇ ਰਾਜ ਰੋਟੀ ਖਾਣ ਲੱਗ ਪਏ ਹੁਣ ਸੱਚੀ ਦੱਸੀ ਇੱਕ ਗੱਲ ਰਾਣਾ ਦਾ ਸਵਾਦ ਹੈ ਕਿ ਨਹੀਂ ਬੜੀ ਚਸਕੀ ਜੇ ਰੇਟ ਗਏ ਸਾਰੇ ਸਹੀ ਹੋਣ ਤੇ 4 ਕਿਲੋਮੀਟਰ ਆਪਣੇ ਛੋਟੇ ਭਰਾ ਨੂੰ ਪਿੱਛੇ ਛੱਡ ਆਏ ਨੇ ਸਲਾਮ ਅਲੈਕਮ ਵਾਲੇਕਮ ਸਲਾਮ ਹੈਗੇ ਹਾਂਜੀ ਵਜ਼ੀਰਾਬਾਦ ਤੁਰੇ ਹਾਂ ਨਾ ਭਾਈ ਆਹ ਮੇਰਾ ਅੱਧਾ ਖੂਨ ਹਾਂਜੀ ਵੱਜ ਜਾਂਦਾ ਉਹ ਬੋਲਣ ਸਵੇਰੇ ਦੋ ਵਾਰੀ ਫੋਨ ਕਰਕੇ ਪੁੱਛ ਰਿਹਾ ਕਿੱਥੇ ਪੜੇ ਹੋ ਕੀ ਕਰਨ ਡਿਓ ਮਤਲਬ ਮੇਰੀ ਫਿਕਰ ਹੈ ਕਿਸੇ ਨੂੰ ਹੋਏ ਵਾਹ ਉਹਨਾਂ ਦੇ ਘਰ ਦੇ ਨੇ ਦੋ ਦੋ ਦਿਨ ਤਿੰਨ ਦਿਨ ਹੋ ਗਏ ਫੋਨ ਨਹੀਂ ਕੀਤਾ ਕਹਿੰਦੇ ਸ਼ੁਕਰ ਲਾ ਜਾਨ ਛੁੱਟੀ ਕੀਤੀ ਸਾਡੀ ਤੁਹਾਨੂੰ ਕੰਮ ਤੋਂ ਬਗੈਰ ਕਾਲ ਨਹੀਂ ਘਰ ਦੇ ਉਹ ਲਾ ਹੋ ਹੋਏ ਹੋਏ ਭਾਈ ਆਹ ਬੂਟ ਲਾਈਏ ਅਤੇ ਉਹ ਉੱਥੇ ਬਹਿ ਕੇ ਰੋਟੀ ਖਾਈਏ ਰੱਖ ਪਿਆਰ ਦੇ ਨਾਲ ਥੱਲੇ ਭਾਈ ਨਾਸ਼ਤਾ ਆ ਗਿਆ ਛੇਤੀ ਨਾਸ਼ਤਾ ਕਰੀਏ ਫਿਰ ਆਪਣਾ ਸਫ਼ਰ ਸ਼ੁਰੂ ਕਰੀ ਭਾਈ ਰੋਟੀ ਖਾ ਲਈਏ ਹੁਣ ਚੱਲੀਏ ਅਗਲੇ ਸਫ਼ਰ ਤੇ ਰੋਟੀ ਖਾ ਕੇ ਥੋੜ੍ਹਾ ਜਿਹਾ ਸਾਈਕਲ ਰਹਿ ਰਹੇ ਨੇ ਤਾਂ ਕਿ ਢਿੱਡ ਪੀੜ ਨਾ ਪਏ ਬੰਦਾ ਤੂੰ ਖਾ ਥੋੜ੍ਹੀ ਲੈਂਦਾ ਵਾਲਾ ਹੈ ਬਾਈ ਪੁੱਤ ਰਾਣੋ ਨਾਨਕ ਗਹਿਣ ਹੋ ਕੇ ਆਈਏ ਰੋਟੀ ਛੋਟੀ ਖਾ ਕੇ ਤਾਂ ਸਿਰ ਜਾਣ ਡੇ ਹਾਂ ਅਤੇ ਟ੍ਰੈਫਿਕ ਪੁਲਿਸ ਵਾਲਿਆਂ ਨੇ ਨਾ ਸਾਨੂੰ ਆ ਦਿੱਤੇ ਨੇ ਜੂਸ ਉਹਨਾਂ ਆਖਿਆ ਤੁਸੀਂ ਸਾਈਕਲਾਂ ਜਾਣ ਡੇ ਹੋ ਜੂਸ ਪੀਓ ਤੁਸੀਂ ਚਲੋ ਭਾਈ ਤਿਆਰ ਕੀ ਗੱਡੀ ਉਹ ਕਢਾਈ ਪਹਿਲਾਂ ਓਏ ਲਾਲ ਆਜ਼ਮ ਓਏ ਓਏ ਐਨ ਕਾ ਇੱਕ ਮਿੰਟ ਲਾਲ ਪਿੰਡ ਮੇਰਾ ਨਾਮ ਹੈ ਤੁਸੀਂ ਮੇਰਾ ਲਾਲ ਪਿੰਡ ਹੋ ਆਖੋ ਕੋਈ ਮਸਲਾ ਨਹੀਂ ਸੋਹਣੀਆਂ ਲੱਗੀਆਂ ਸੋਹਣੀਆਂ ਲੱਗੀਆਂ ਬਾਬਾ ਹਾਂ ਸੋਹਣੀਆਂ ਲੱਗੀਆਂ ਲੈਣੀਆਂ ਨੇ ਨਹੀਂ ਨਹੀਂ ਮੈਂ ਵੀ ਮੰਗ ਲਾਂਗਾ ਮੈਨੂੰ ਨਾ ਸਲਾਮ ਆ ਰਿਹਾ ਕਰੋ ਜ਼ਹੇ ਪਿੰਡ ਦੇ ਨਾਮ ਤੋਂ ਫਿਰ ਸੱਟ ਹੋ ਗਈ ਜੇ ਮੇਰੇ ਨਾਲ ਉਹ ਰਾਹ ਤੇ ਉਹ ਖੱਡਾ ਆਇਆ ਖੱਡਾ ਲੱਗ ਗਿਆ ਡਰ ਕੇ ਬ੍ਰੇਕ ਵੱਜ ਗਈ ਉਹ ਮੈਂ ਸਾਈਕਲ ਦੀ ਫਿਰ ਅੱਜ ਕੇ ਅਗਲੀ ਬ੍ਰੇਕ ਵੱਜ ਗਈ ਆਹ ਵੇਖੋ ਆਹ ਗੋਡਾ ਇੱਧਰ ਛਲਕਤਾ ਇੱਧਰ ਛਲਕਤਾ ਅੱਲਾ ਪਾ ਕੇ ਸ਼ੁਕਰ ਹੈ ਬਚ ਬਚਾ ਹੋ ਗਿਆ ਬਸ ਥੋੜ੍ਹਾ ਬਹੁਤ ਹੱਥ ਛਿੱਲੇ ਗਏ ਨੇ ਆਹ ਵੇਖੋ ਉਹ ਅੱਲਾ ਪਾ ਕੇ ਸ਼ੁਕਰ ਹੈ ਬਚ ਬਚਾ ਜੋ ਹੋ ਗਿਆ ਮੈਨੂੰ ਛੱਡੋ ਪਰਾ ਮੇਰੀ ਰਾਣੋ ਬਚ ਗਈ ਹੈ ਰਾਣੋ ਬਚ ਗਈ ਹੈ ਨਾ ਬਸ ਫਿਰ ਹੋਰ ਕੁਛ ਚਾਹੀਦਾ ਨਹੀਂ ਬਸ ਰਾਣੋ ਬਚਣੀ ਚਾਹੀਦੀ ਹੈ ਬ੍ਰੇਕਾਂ ਨੇ ਨਹੀਂ ਟੁੱਟੀਆਂ ਆਹ ਬ੍ਰੇਕ ਗਈ ਬਾਇਓਡੀਨ ਦੀ ਕਮੀ ਹੈ ਰਾਣੋ ਬਾਇਓਡੀਨ ਛੱਡ ਬ੍ਰੇਕ ਗਈ ਬੜੀ ਘੱਟ ਲੱਗਣ ਡੀ ਹੈ ਨਾ ਭਾਈ ਆ ਮੈਨੂੰ ਦੁੱਖ ਆ ਸੱਟਾਂ ਦਾ ਨਹੀਂ ਅੱਜ ਮੈਂ ਨਵਾਂ ਪਜਾਮਾ ਪਾਇਆ ਸੀ ਉਹ ਖਰਾਬ ਹੋ ਗਿਆ ਚੈੱਕ ਕਰੋ ਹਾਏ ਓਏ ਹਾਏ ਇਹਨਾਂ ਵੱਲ ਵੇਖ ਕੇ ਮੇਰੇ ਥੱਲੇ ਗੋਡਿਆਂ 'ਤੇ ਪੀਰ ਹੋਣ ਡਈ ਮੋਢਾ ਵੀ ਰਗੜਿਆ ਗਿਆ ਥੋਨ ਪੀਰ ਹੋਣ ਡਈ ਆ ਵੀ ਇੱਥੇ ਸ਼ਰਟ ਲਾਵਾਂਗੇ ਜਦੋਂ ਜਾ ਕੇ ਜਿੱਥੇ ਹੋਟਲ 'ਚ ਰੁਕਾਂਗੇ ਉਦੋਂ ਵੇਖਾਂਗੇ ਪਰ ਪੀਰ ਇੱਥੇ ਵੀ ਹੋਣ ਡਈ ਹੈ ਇੱਥੇ ਵੀ ਹੋਣ ਡਈ ਇੱਥੇ ਵੀ ਹੋਣ ਡਈ ਅਤੇ ਇੱਥੇ ਵੀ ਹੋਣ ਡਈ ਹੈ ਬਾਈ ਯਾਰ ਘੜੀ ਮੇਰੇ ਕੋਲੋਂ ਮੇਰੇ ਲੱਤਾਂ ਪਾਵਾਂ ਕੰਬਣ ਡੀਆਂ ਘੜੀ ਬਾਈ ਉੱਥੇ ਚੱਲਦੇ ਹਾਂ ਭਾਈ ਆ ਮੇਰੀ ਰਾਣੋ ਦਾ ਵੀ ਟੁੱਟ ਗਿਆ ਯਾਰ ਸ਼ਿਟ ਅੱਲਾ ਪਾ ਕੇ ਸ਼ੁਕਰ ਬਾਕੀ ਬਚ ਬਚਾ ਹੋ ਗਿਆ ਬ੍ਰੇਕ ਵੀ ਸਹੀ ਹੋ ਗਈ ਹੈ ਉਹ ਇੰਜੀ ਥੋੜ੍ਹਾ ਜਿਹਾ ਗਿਰਾ ਨਾ ਉਹਨੂੰ ਸੱਟ ਵੀ ਲੱਗੀ ਸੀ ਭਾਈ ਆ ਥੋੜ੍ਹਾ ਜਿਹਾ ਸਾਹ ਲਿਆ ਪਹਿਲਾਂ ਮੇਰੇ ਹੱਥ 'ਤੇ ਲੱਤਾਂ ਕੰਬਣ ਲਈਆਂ ਹੁਣ ਥੋੜ੍ਹਾ ਸਹੀ ਹੋ ਗਿਆ ਬਸ ਪੀਰ ਹੋਣ ਡੇ ਬਸ ਕੰਬਣ ਨਹੀਂ ਡੇ ਝੋਨ ਚੱਲੀਏ ਜਰਾ ਅੱਗੇ ਚਾਚੂ ਵਾਲੀ ਵਾਹਵਾ ਅੱਗੇ ਤੁਰ ਗਏ ਹੋਣੇ ਨੇ ਲਾਲਾ ਮੂਸਾ ਤਾਂ ਖਾ ਰਹੀ ਦੇ ਵਿੱਚ ਆ ਅਸੀਂ ਇਸ ਟਾਈਮ ਸ਼ਿਕਾਰ ਭਾਈ ਆ ਖਾ ਰਹੇ ਹਾਂ ਸ਼ਹਿਰ 'ਚ ਅਸੀਂ ਅੱਪਰ ਗਏ ਜੇ
ਤੇ ਹਮ ਸਾਡੀ ਬਾਹਰ ਨਿਕਲ ਗਏ ਜੇ ਭਾਈ ਜਿਵੇਂ ਤੁਹਾਨੂੰ ਪਰਨ ਲੱਗੇ ਨੇ ਸ਼ਾਮ ਦੇ 5 ਵਜ ਗਏ ਜੇ ਤੇ ਹਜੇ ਸਫ਼ਰ ਸਾਡਾ ਤਕਰੀਬਨ 30 ਕਿਲੋਮੀਟਰ ਰਹਿੰਦਾ ਹੈ ਅੱਲਾ ਪਾਕ ਖਿਆਲ ਕਰਨ ਵੇਖਨੇ ਆ ਕਿੰਨੇ ਚਿਰ ਤੱਕ ਅਸੀਂ ਫਿਰ ਪਰਨੇ ਆ ਨੇਰਾ ਪੈ ਜਾਣਾ ਆਰਾਮ ਦੇ ਨਾਲ ਸਾਹ ਚੜ ਗਿਆ ਪਿੱਛੇ ਕਿ ਚੜਾਈ ਸੀ ਭਾਈ ਆ ਅੱਲਾ ਪਾਕ ਦਾ ਸ਼ੁਕਰ ਹੈ ਗੋਡੇ ਪੀਰ ਕਰਨ ਡਏ ਨੇ ਪਰ ਉਹ ਅੱਗੇ ਨਾਲ ਘੱਟ ਗਏ ਪੀਰ ਸਦਾਗਰ ਹੋੜੀ ਨਹੀਂ ਲੱਭੇ ਸਾਨੂੰ ਉਹ ਜਵਾਨ ਦੌੜ ਗਏ ਨੇ ਬੰਦਾ ਪਿੱਛੇ ਵੇਖ ਲੈਂਦਾ ਕੱਲ ਹੀ ਲੇਟ ਹੋਏ ਨੇ ਕੱਲ ਹੀ ਨਹੀਂ ਆਹਾਂ ਉਹ ਭਜਾ ਗਏ ਨੇ ਰਾਹੋਂ ਚੰਗਾ ਮਜ਼ੇਦਾਰ ਜੇ ਠਾਣ ਲਿਥਾਈਏ ਨਾ ਮਜ਼ਾ ਆਉਣ ਡਿਆ ਇੱਥੇ ਆਉਣ ਬਾਬਾ ਦੂਰ ਤੱਕ ਲਿਥਾਈਏ ਚੰਗਾ ਮਜ਼ੇ ਲੈਂਦੇ ਜਾਂਦੇ ਹਾਂ ਸਾਰੇ ਮੇਰੇ ਨਾਲ ਲੱਗੇ ਨੇ ਕਿਉਂਕਿ ਮੇਰੇ ਰਾਹ ਨਾਲ ਤੁਹਾਨੂੰ ਪਤਾ ਚੈਨ ਜਿਹੜਾ ਥੱਲੀਆਂ ਦੋ ਘਰਾੜੀਆਂ 'ਚ ਨਹੀਂ ਚੜ੍ਹਦਾ ਨਹੀਂ ਤਾਂ ਮੈਂ ਸਾਲ ਨਾਲ ਅੱਗੇ ਰਹਿੰਦਾ ਹੁੰਦਾ ਵਾਂ ਸ਼ਾਮ ਦੇ 6:45 ਹੋ ਗਏ ਜੇ ਦਰਿਆ ਜਹਿਲਮ 'ਚ ਅਸੀਂ ਅੱਪੜ ਗਏ ਤਾਂ ਸਦਾਗਰ ਹੋਈ ਜਿਹੜਾ ਨਾ ਦਰਿਆ ਜਹਿਲਮ 'ਚ ਖਲੋਤੇ ਨੇ ਅਤੇ ਹੁਣ ਮੈਂ ਕਰਨੀ ਹੈ ਐਕਟਿੰਗ ਕਿਉਂਕਿ ਅਸੀਂ ਪਿੱਛੇ ਰਹਿ ਗਏ ਨਾ ਬਹਾਨਾ ਫਿਰ ਕੋਈ ਨਹੀਂ ਉਹ ਫਿਰ ਉਹ ਜਿਹੜਾ ਡਿੱਗਾ ਹਾਂ ਉਹੀ ਬਹਾਨਾ ਹੈ ਅਤੇ ਫਿਰ ਹੁਣ ਥੋੜ੍ਹੀ ਜਿਹੀ ਐਕਟਿੰਗ ਸ਼ੈਕਟਿੰਗ ਕਰਨੇ ਹਾਂ ਹਾਏ ਹੋਏ ਮੇਰੇ ਕੋਲ ਤਾਂ ਹਿੱਲਿਆ ਵੀ ਨਹੀਂ ਜਾਣ ਡੇ ਲੱਤਾਂ ਹੀ ਨਹੀਂ ਐਜ ਦਰਿਆ ਜਹਿਲਮ 'ਤੇ ਉਹ ਸਾਹਮਣੇ ਖਲੋਤੇ ਨੇ ਹੁਣ ਐਕਟਿੰਗ ਕਰਨੀ ਥੋੜ੍ਹੀ ਜਿਹੀ ਸਰਵਿਸ ਨਹੀਂ ਸੀ ਆਉਣੇ ਤੋਂ 2 ਵਾਰੀ ਕਾਲ ਮੇਰੇ ਕੋਲੋਂ ਇਹਨੂੰ ਇਹਨੇ ਚੁੱਕਿਆ ਸੀ ਮੈਨੂੰ ਚੁੱਕ ਕੇ ਰੋਡ ਤੁਰਾ ਇਹਨੇ ਕੀਤਾ ਸੀ ਤੁਸੀਂ ਖਲੋਤੇ ਨੀ ਐਜ ਦਰਿਆ ਜਹਿਲਮ ਪਿਆ ਕੇ ਸਭ ਤੋਂ ਪਹਿਲਾਂ ਤਾਂ ਰੋਲਾ ਪਾਇਆ ਜੇ ਨਾ ਅਤੇ ਐਕਟਿੰਗ ਸ਼ੈਕਟਿੰਗ ਕੀਤੀ ਹੈ ਅਤੇ ਮਤਲਬ ਵੀ ਇਹਨਾਂ ਪੁੱਛਿਆ ਹੀ ਨਹੀਂ ਸਾਨੂੰ ਅਤੇ ਹੁਣ ਆਹ ਤੁਸੀਂ ਪਹਿਲਾਂ ਟਰੈਕ ਬੈਠੋ ਨਾ ਅਤੇ ਹੁਣ ਚਲੀਏ ਗਾਂਹ ਥੋੜ੍ਹਾ ਹੀ ਰਹਿ ਗਿਆ ਜਿੰਨਾ ਤਕਰੀਬਨ 10-15 ਕਿਲੋਮੀਟਰ ਉਸ ਤੱਕ ਮੈਂ ਤੁਰ ਜਾਵਾਂਗਾ ਔਖਾ ਸੌਖਾ ਹੋ ਕੇ ਅਤੇ ਚਲੀਏ ਫਿਰ ਜਹਿਲਮ ਦੇ ਵਿੱਚ ਥੋੜ੍ਹੀ ਜਿਹੀ ਚੜ੍ਹਾਈ ਆਈਏ ਤੁਸੀਂ ਸਦਾਗਰ ਦੀ ਤੁਹਾਨੂੰ ਦਲਾਵਰ ਦੀ ਸਪੀਡ ਚੈੱਕ ਕਰੋ ਉਹ ਡਿੱਗ ਪਏ ਓਏ ਆਏ ਹਾਏ ਓਏ ਲਾਜੀ ਹਾਂ ਸਪੀਨ ਹੀ ਹੋ ਗਿਆ ਉਹ ਥੱਕ ਗਿਆ ਤੂੰ ਭਾਈ ਆ ਇੱਥੇ ਜੇਲਮ 'ਚ ਨਾ ਇੱਕ ਚਾਚਾ ਕੋਲ ਚਾਹ ਪੀਤੀ ਸੀ ਜਦੋਂ ਅਸੀਂ ਪਹਿਲਾਂ ਪਿਛਲੇ ਟੂਰ 'ਚ ਗਏ ਸਾਂ ਸਾਈਕਲ ਟੂਰ 'ਚ ਅਤੇ ਚਾਚਾ ਸਾਡਾ ਬਣ ਗਿਆ ਦੋਸਤ ਉਹ ਸਾਡੇ ਕੋਲ ਸਿਆਲਕੋਟ ਵੀ ਗਿਆ ਚਾਚਾ ਅਤੇ ਹੁਣ ਫਿਰ ਉਹ ਦੁਕਾਨੇ ਆਏ ਚਾਚੇ ਦੀ ਹੁਣ ਇੱਥੋਂ ਪੀਂਦੇ ਹਾਂ ਚਾਹ ਉਹ ਵੀ ਮਲਾਈ ਮਾਰ ਕੇ ਓਏ ਆ ਚਾਚਾ ਹੈ ਅਸਲਾਮ ਵਾਲੇਕੁਮ ਗੱਪਾਂ ਛੱਡਣ ਡੇ ਲੋ ਜੀ ਚਾਚਾ ਦੇ ਸਾਡੇ ਜੋ ਕਿ ਸਪੈਸ਼ਲ ਮਲਾਈ ਮਾਰ ਕੇ ਚਾਹ ਪਕਾਉਣ ਲੱਗੇ ਨੇ ਲੋ ਭਾਈ ਆ ਸਾਡੀ ਮਲਾਈ ਮਾਰ ਕੇ ਚਾਹ ਆ ਗਈ ਜੇ ਤੇ ਛੇਤੀ ਹੁਣ ਪੀਏ ਤੇ ਫਿਰ ਚੱਲੀਏ ਦੀਨਾ ਚਲੋ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਵਾਪਸ ਇਨਸ਼ਾਅੱਲਾ ਲਾਂਗ ਵੀ ਠੀਕ ਹੈ ਇਨਸ਼ਾਅੱਲਾ ਭਾਈ ਆ ਚੋਰਾਂ ਕੋ ਬੈਠੇ ਆ ਚਾਹ ਪੀਤੀਏ ਗੱਪਾਂ ਸ਼ਪਾਂ ਮਾਰੀਆਂ ਬੜਾ ਮਜ਼ਾ ਆਇਆ ਤੇ ਹੁਣ ਜਾਣਾ ਚੱਲੇ ਆ ਦੀਨਾ 15 ਕਿਲੋਮੀਟਰ ਦਾ ਸਫ਼ਰ ਆ ਗਿਆ ਉਹ ਨਾ ਮਰੋ ਗੱਪਾਂ ਸ਼ਪਾਂ ਦੀ ਮਾਰੀਆਂ ਉਹਨਾਂ ਦਾ ਸਟੈਮਿਨਾ ਚੈੱਕ ਕੀਤਾ ਕਿ ਨਹੀਂ ਸੁਣ ਸਕਦੇ ਪੂਰਾ ਆਦਰ ਲੱਗ ਗਿਆ ਐਕਟਿੰਗ ਕਿਸੇ ਸੀ ਦੱਸ ਆਪਣੀ ਕੁਰਸੀ ਚ ਉੱਠ ਕੇ ਉਂਝ ਜਿਹੜਾ ਸਾਈਕਲਾਂ ਵੇਖਣ ਦਲਾਵਣ ਜਾ ਕੁਰਸੀ ਮਾਰ ਲਈ ਵਿਚਾਰੇ ਦੀ ਰਾਤ ਦੇ 9:45 ਦੇ ਟਾਈਮ ਜੇ ਅਸੀਂ ਦੀਨਾ ਉੱਪਰ ਗਏ ਹਾਂ ਤੇ ਕਮਰਾ ਲਿਆ ਜੇ ਆ ਕੇ ਤੇ ਸਭ ਤੋਂ ਪਹਿਲਾਂ ਤੁਸੀਂ ਕਮਰਾ ਵੇਖੋ ਨਾ ਰੋਟੀ ਲੈਣੀ ਹੁਣ ਜਿਹੜਾ ਨਾ ਚੱਲਿਆ ਰੋਟੀ ਖਾਣ ਕਿਉਂਕਿ ਭੁੱਖ ਬੇਵਾਹ ਲੱਗੀ ਹੈ ਤਾਂ ਥੱਕੇ ਵੀ ਬੇਵਾਹ ਪਏ ਮੇਰੇ ਤੋਂ ਸੱਟ ਵੀ ਲੱਗੀ ਹੈ ਉਹ ਪੀੜ ਕਰਦਾ ਪਿਆ ਤੁਰਿਆ ਅਤੇ ਪਰ ਫਿਰ ਵੀ ਹੁਣ ਭੁੱਖ ਪੀੜ ਵਾਸਤੇ ਜਾਣਾ ਹੀ ਪੈਣਾ ਚਲੀਏ ਲਾਈਟ ਵੀ ਬੰਦ ਕਰੀ ਚਲੀਏ ਲਾਈਟ ਮੈਂ ਬੰਦ ਕਰ ਦੇਣਾ ਯਾਰ ਆਪ ਵੱਡੇ ਹੋ ਯਾਰ ਤੁਸੀਂ ਰਹਿੰਦੇ ਕਿ ਹੁਣ ਬਾਹਰ ਹੋ ਯਾਰ ਮੈਂ ਦੁਬਾਰਾ ਬੰਦ ਕਰਨੀ ਬਾਹਰ ਯਾਰ ਮੇਰੇ ਕੋ ਕੰਨ ਮੇਰੇ ਕੋ ਕੰਨ ਖਾਈ ਇਹ ਕਿਨਾਂ ਦੀਆਂ ਪੌੜੀਆਂ ਵੀ ਡੇਂਜਰਸ ਜੀਆਂ ਨੇ ਸਿੱਧੀਆਂ ਦੇ ਠਾਣ ਹੋਟਲ ਦੇ 3 ਫਲੋਰ 'ਤੇ ਅਸੀਂ ਆਪ ਹੀ ਹਾਂ ਅਤੇ ਸਾਈਕਲਾਂ ਸਾਡੀਆਂ ਸਾਰਾ ਥੱਲੇ ਫਲੋਰ 'ਚ ਨੇ 7 ਜਣਾਂ ਇਕੱਠੀਆਂ ਕਰਕੇ ਖਿਲਾਰ ਛੜੀਆਂ ਨੇ ਹੁਣ ਜਰਾ ਨਾ ਕਿਤੇ ਜਾ ਕੇ ਰਾਸ਼ਨ ਪਾਣੀ ਕਰਕੇ ਆਉਂਦੇ ਹਾਂ ਭੁੱਖ ਬੜੀ ਲੱਗੀ ਆਈ ਨਹੀਂ ਜਾਣਾ
ਕਰਾਣੀ ਜੀ ਐਂਟਰੀ ਚਲੋ ਫਿਰ ਚੱਲੀਏ ਮੇਰੇ ਚਾਚੂ ਹੋਣੀ ਤਾਂ ਅੱਗੇ ਨੇ ਮੈਂ ਕਿਹਾ ਥੋੜ੍ਹਾ ਜਿਹਾ ਘੋਸ਼ਣਾ ਸਵੇਰੇ ਫਿਰ ਆ ਥੱਕਿਆ ਸਿਰਫ ਆਹ ਮੋਢਾ ਹੀ ਇਹ ਨਾ ਉਹ ਵੀ ਜਿਹੜਾ ਜਿਹੜਾ ਕੈਮਰਾ ਚੱਲਣ ਡਿਆ ਉਹਨਾਂ ਚੇਰੀ ਰਾਤ ਦੇ ਟਾਈਮ ਪਰਾਠੇ ਖਾਣ ਲੱਗੇ ਆ ਚਾਚੀ ਗੱਲ ਆਲੂ ਵਾਲੇ ਤੇ ਚੀਜ਼ ਵਾਲੇ ਪੜੋ ਲਓ ਜੀ ਪਰਾਠੇ ਸਾਡੇ ਆ ਗਏ ਜੀ ਨਾਲ ਕੈਚਪ ਵੀ ਪਰਾਠੇ ਦੇ ਵਾਹ ਭਾਈ ਯਾਰ ਰਾਤ ਜਾਣਾ ਵੱਜ ਗਏ ਨੇ ਤੇ ਰੱਜ ਕੇ ਪਰਾਠੇ ਛਰਾਠੇ ਖਾ ਕੇ ਆਲੂ ਵਾਲੇ ਪਰਾਣੇ ਬਹੁਤਾ ਮਜ਼ਾ ਹੀ ਚੀਜ਼ ਵਾਲੇ ਪਰਾਠੇ ਨਾਲੋਂ ਤੇ ਰੱਜ ਕੇ ਪਰਾਠੇ ਖਾ ਕੇ ਚਾਹ ਪੀ ਕੇ ਤੇ ਹੁਣ ਚੱਲਿਆ ਘਰ ਜਾ ਕੇ ਸੋਈਆਂ ਯਾਰ ਸਵੇਰੇ ਉੱਠ ਕੇ ਫਿਰ ਵੀਡੀਓ ਐਡ ਕਰ ਲਈ ਮੇਰੀ ਰਾਣ ਹੁਣ ਤਾਂ ਨਹੀਂ ਕਿਸੇ ਛੇੜ ਰਿਹਾ ਨਹੀਂ ਛੇੜ ਰਿਹਾ ਫਿਰ ਰੋਟੀ ਖਾ ਕੇ ਅਸੀਂ ਹੋਟਲ 'ਚ ਆ ਗਏ ਹਾਂ ਅਤੇ ਅੱਜ ਸਾਡਾ ਅੱਜ ਦਾ ਮਜ਼ੇਦਾਰ ਜਿਹਾ ਵਲੌਗ ਉਮੀਦ ਕਰਾਂ ਤਾਂ ਚੰਗਾ ਲੱਗਾ ਚੰਗਾ ਲੱਗਾ ਤਾਂ ਲਾਈਕ ਕਰੋ ਸ਼ੇਅਰ ਕਰੋ ਦੋਸਤਾਂ ਨਾਲ ਨਾਲ ਜਿਹੜਾ ਸਾਡਾ ਤੁਸੀਂ ਬਣ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਓ ਜ਼ਿੰਦਗੀ ਦੇ ਫੇਮ ਲਾਇਆ ਗਿਆ ਵੀਡੀਓ 'ਚ ਲਾਭ ਪਲੀਜ਼ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵਲੌਗ ਦਾ ਮਜ਼ਾ ਆਇਆ ਕਿ ਨਹੀਂ ਆਇਆ